वेयरहाउस ਦੇ ਵਿੱਚ ਅੱਜ ਸਵੇਰੇ ਗੋਦਾਮ ਦੇ ਵਿੱਚ ਮਠਾਈ ਦਾ ਸਮਾਨ ਲੈ ਕੇ ਜਾ ਰਹੇ ਇੱਕ ਟਰੱਕ ਨੂੰ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਦੇ ਵਿੱਚ ਆਉਣ ਕਾਰਨ ਅੱਗ ਲੱਗ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਵਪਾਰ ਮੰਡਲ ਦੇ ਚੇਅਰਮੈਨ ਅਨਿਲ ਮਹਾਜਨ ਨੇ ਦੱਸਿਆ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ ਕਿ ਇੱਥੋਂ ਦੀਆਂ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਆਂ ਹਨ ਤੇ ਕਿਰਪਾ ਕਰਕੇ ਇਹਨਾਂ ਨੂੰ ਉੱਚਾ ਕੀਤਾ ਜਾਵੇ, ਪਰ ਵਿਭਾਗ ਵੱਲੋਂ ਜਿਹੜਾ ਕਿ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਤਾਂ ਪਰਮਾਤਮਾ ਦਾ ਸ਼ੁਕਰ ਹੈ ਕਿ ਗੈਸ ਸਿਲੰਡਰ ਨਾਲ ਭਰਿਆ ਟਰੱਕ ਅੱਗੇ ਖੜਾ ਸੀ। ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੁਣੋਂ ਟਲ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਸ਼ਲਾਘਾ ਕਰਦੇ ਕਿਹਾ ਕਿ ਉਹਨਾਂ ਨੇ ਸਮੇਂ ਸਿਰ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ। ਗੱਲਬਾਤ ਹੈ ਜੀ, ਵੀ ਵੇਅਰ ਹਾਊਸ 'ਚ ਗੱਡੀ ਆਈ ਸੀ, ਕਨਫੈਕਸ਼ਨਰੀ ਦੇ ਸਮਾਨ ਦਾ D&D ਵਗੈਰਾ ਚੁੱਕਣ ਆਈ ਸੀ ਇੱਥੇ, ਪਰ ਅਸੀਂ ਇਸ ਇਲਾਕੇ ਨੇ ਵੇਅਰ ਹਾਊਸ ਨੇ ਕਈ ਵਾਰੀ ਅਸੀਂ ਇਹਨਾਂ ਨੂੰ ਪਾਵਰ ਵਾਲਿਆਂ ਨੂੰ ਕਿਹਾ ਸੀਗਾ ਕਿ ਵੀ ਤੁਹਾਡੀਆਂ ਤਾਰਾਂ ਨੀਵੀਆਂ ਗੱਡੀਆਂ ਵੱਡੀਆਂ ਇੱਧਰ ਆਉਂਦੀਆਂ, ਉਹ ਤਾਰਾਂ ਦੇ ਨਾਲ ਗੱਡੀ ਵੱਜੀ ਹੈ ਅਤੇ ਸ਼ਾਰਟ ਸਰਕਟ ਹੋ ਗਿਆ ਅਤੇ ਗੱਡੀ ਨੂੰ ਅੱਗ ਲੱਗ ਗਈ ਹੈ। ਹੁਣ ਉਹ ਗੱਡੀ ਨੂੰ ਅੱਗ ਲੱਗ ਕੇ ਅਤੇ ਸਮਝੋ ਕਿ ਵੀ ਪਰਮਾਤਮਾ ਵੱਲੋਂ ਇਹ ਕਿਰਪਾ ਰਹੀ ਹੈ ਕਿ ਉਸ ਵੇਲੇ ਡਰਾਈਵਰ ਸੀ ਜਿਹੜੇ ਉਹਨਾਂ ਦੇ ਦਲਜੀਤ ਸਿੰਘ ਜੀ, ਉਹਨਾਂ ਅੰਦਰ ਪਤਾ ਨਹੀਂ ਪਰਮਾਤਮਾ ਵੱਲੋਂ ਕਿੱਥੋਂ ਦਲੇਰੀ ਆ ਗਈ, ਬਲਦੀ ਗੱਡੀ 'ਚ ਉਹਨਾਂ ਨੇ ਫਟਾਫਟ ਗੱਡੀ ਨੂੰ ਬੈਕ ਕੀਤਾ। ਜੇ ਉਹ ਗੱਡੀ ਬੈਕ ਨਾ ਕਰਨ ਨੂੰ ਡਰਾਈਵਰ ਸਾਹਿਬ, ਅਤੇ ਅੱਗੇ ਗੈਸ ਦੇ ਸਿਲੰਡਰਾਂ ਲਈ ਗੱਡੀ ਲੱਗੀ ਦੀ ਸੀ ਅਤੇ ਅੱਜ ਨਵੇਂ ਸਾਲ ਦੇ ਜਸ਼ਨ 'ਚ ਪੂਰਾ ਪਠਾਨਕੋਟ ਡੁੱਬਿਆ ਪਿਆ ਅਤੇ ਲੱਗਦਾ ਸੀਗਾ ਕਿ ਵੇਅਰ ਹਾਊਸ ਨੇ ਗਮ 'ਚ ਡੁੱਬ ਜਾਣਾ ਸੀਗਾ ਜਿਸ ਤਰੀਕੇ ਦੇ ਹਾਲਾਤ ਬਣੇ 'ਤੇ ਸੀਗੇ। ਇਹ ਡਰਾਈਵਰ ਸਾਹਿਬ ਨੇ ਇਤਨੀ ਜ਼ੁਰਤ ਕੀਤੀ, ਪਤਾ ਨਹੀਂ ਪਰਮਾਤਮਾ ਵੱਲੋਂ ਕਿੱਦਾਂ ਦੀ ਤਾਕਤ ਇਹਨਾਂ ਨੇ ਨਚਾਈ ਹੈ ਅਤੇ ਗੱਡੀ ਬੈਕ ਕਰ ਲਈ ਹੈ ਅਤੇ ਗੱਡੀ ਆਉਂਦੀ ਦਾ ਤਾਂ ਨੁਕਸਾਨ ਹੋ ਗਿਆ ਪਰ ਇਹਨਾਂ ਨੇ ਵੇਅਰ ਹਾਊਸ ਨੂੰ ਬਚਾ ਲਿਆ। ਅਸੀਂ ਇਹਨਾਂ ਦੇ ਵਾਲੇ ਅਸੀਂ ਨਾਲ ਦੇ ਨਾਲ ਅਸੀਂ ਪਾਵਰ ਕਾਰਪੋਰੇਸ਼ਨ ਵਾਲਿਆਂ ਨੂੰ ਇਹ ਬੇਨਤੀ ਕਰਨੇ ਆ, ਉਹਨਾਂ ਦੇ ਐਕਸੀਅਨ ਸਾਹਿਬ ਅੱਗੇ SC ਸਾਹਿਬ ਨੂੰ ਵੀ ਕਿਰਪਾ ਕਰਕੇ ਤੁਰੰਤ ਆਓ, ਫਿਰ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਏ। ਪਠਾਨਕੋਟ ਸ਼ਹਿਰ ਅੰਦਰ ਵੇਅਰ ਹਾਊਸ ਇੱਕ ਐਸਾ ਇਲਾਕਾ ਵੈ ਜਿੱਥੇ ਇੱਥੇ ਦਨਾਡੇ ਵਪਾਰੀ ਬੈਠੇ ਦੇ ਨੇ, ਵੱਡੇ ਵੱਡੇ ਵਪਾਰੀ ਬੈਠੇ ਦੇ ਨੇ, ਵੱਡੀਆਂ ਗੱਡੀਆਂ ਆਉਂਦੀਆਂ ਭਰੇ ਦੇ ਮਾਲ ਦੀਆਂ ਗੱਡੀਆਂ ਆਉਂਦੀਆਂ, ਫਿਰ ਹੋਰ ਕੋਈ ਨੁਕਸਾਨ ਨਾ ਹੋ ਜਾਏ। ਇਸ ਤੋਂ ਵਧੀਆ ਕਿ ਵੀ ਅਸੀਂ ਤਾਰਾਂ ਨੂੰ ਹੋਰ ਉੱਚੀ ਕਰੀਏ ਤਾਂ ਕਿ ਗੱਡੀਆਂ ਆਰਾਮ ਨਾਲ ਲੰਘ ਸਕਣ। ਅਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਮੌਕੇ 'ਤੇ ਆ ਕੇ ਇਨਫੋਰਮੇਸ਼ਨ ਦਿੱਤੀ, ਉਹ ਜਿਸ ਤਰੀਕੇ ਉਹਨਾਂ ਦੇ ਪ੍ਰਤੀ ਧਾਰਨਾ ਸਮਾਜ ਦੀ ਬਣੀ ਦੀ ਹੈ ਕਿ ਵੀ ਫਾਇਰ ਬ੍ਰਿਗੇਡ ਦਾ ਮਤਲਬ ਹੁੰਦਾ ਕਿ ਤੁਰੰਤ ਪੁੱਜਣਾ, 7 ਸਮੁੰਦਰ ਪਾਰ ਪੁੱਜਣਾ, ਉੱਦਾਂ ਹੀ ਉਹ ਆਏ, ਉਹਨਾਂ ਨੇ ਆ ਕੇ ਪੂਰੀ ਉੱਥੇ ਕਰਕੇ ਫਾਇਰ ਬੁਝਾਈ ਹੈ ਅਤੇ ਅਸੀਂ ਤਹਿ ਦਿਲ ਤੋਂ ਉਹਨਾਂ ਦੇ ਵੀ ਧੰਨਵਾਦ। ਆਪਣਾ ਨਾ ਸਵੇਰੇ ਅੱਗ ਲੱਗ ਗਈ ਹੈ, 9:35 'ਤੇ ਫੋਨ ਆਇਆ ਸਾਨੂੰ ਅਤੇ ਕਹਿੰਦੇ ਵੀ ਯਾਰ ਉਸ ਟਰੱਕ ਨੂੰ ਅੱਗ ਲੱਗ ਗਈ ਹੈ, ਤਾਂ ਆਪਾਂ ਮੌਕੇ 'ਤੇ 2 ਗੱਡੀਆਂ ਸਾਡੀਆਂ ਤੋਂ ਨਾ ਸਟੇਸ਼ਨ ਤੋਂ ਨਿਕਲ ਕੇ ਆਈਆਂ ਪੂਰੇ ਸਟਾਫ ਨਾਲ, ਤਾਂ ਅੱਗੇ ਦੇਖਿਆ ਟਰੱਕ ਨੂੰ ਅੱਗ ਲੱਗੀ। ਆਪਾਂ ਆਉਂਦੇ ਅੱਗ 'ਤੇ ਕੰਟਰੋਲ ਚੱਲ, ਅੱਗ ਦੀ ਪਾਣੀ ਮਾਰਨਾ ਚਾਲੂ ਕਰਤਾ, ਉਹਦੇ ਨਾਲ ਕਾਫੀ ਕੰਟਰੋਲ ਹੋ ਗਿਆ, ਪਰ ਅੱਗ ਲੱਗਦਾ ਨੁਕਸਾਨ ਥੋੜ੍ਹਾ ਬਹੁਤਾ ਹੋ ਗਿਆ ਟਰੱਕ ਦਾ। ਟਰੱਕ 'ਚ ਕੀ ਸਮਾਨ ਲੋਡ ਸੀ? ਉਹ ਕਹਿ ਰਹੇ ਕੋਈ ਪੁਰਾਣਾ ਨਮਕੀਨ ਵਗੈਰਾ ਸੀ ਉਹਦੇ 'ਚ ਪਿਆ। ਠੀਕ ਹੈ। ਉਹਨਾਂ ਨੂੰ ਅੱਗ ਜਿਹੜੇ ਸਾਫ ਸਫ ਤੋਂ ਦੱਸ ਰਹੇ ਉਹਦੇ ਨਾਲ ਅੱਗ ਲੱਗੀ ਹੈ, ਤਾਰਾਂ ਟੱਚ ਕੀਤੀ ਉੱਪਰ, ਉਹਦੇ ਨਾਲ ਅੱਗ ਲੱਗੀ।